सुर सिरताज है। सुर सरताज सीजन 2 दे सेकंड राउंड ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ। ਦਰਸ਼ਕੋ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ 5 ਸ਼ਹਿਰਾਂ ਦੇ ਵਿੱਚ ਆਡੀਸ਼ਨ ਕੀਤੇ ਗਏ ਪਹਿਲੇ ਰਾਊਂਡ ਦੇ, ਉਹਨਾਂ ਦੇ ਵਿੱਚੋਂ ਹਜ਼ਾਰਾਂ ਦੀ ਤਾਦਾਦ ਵਿੱਚ ਪਾਰਟਿਸਪੈਂਟਸ ਨੇ ਪਾਰਟਿਸਪੇਟ ਕੀਤਾ। ਚੁਣੇ ਗਏ 96 ਪ੍ਰਤੀਯੋਗੀ ਜਿਨ੍ਹਾਂ ਨੇ ਜਗ੍ਹਾ ਬਣਾਈ ਹੈ ਸੈਕਿੰਡ ਰਾਊਂਡ ਦੇ ਵਿੱਚ। ਅੱਜ ਯਾਨੀ ਕਿ ਸੈਕਿੰਡ ਰਾਊਂਡ ਦਾ ਪਹਿਲਾ ਐਪੀਸੋਡ ਹੈ ਔਰ 9 ਪਾਰਟਿਸਪੈਂਟਸ ਇਸ ਵਿੱਚ ਪਾਰਟੀਸਪੇਟ ਕਰ ਰਹੇ ਨੇ। ਇਹਨਾਂ ਪਾਰਟੀਸਪੈਂਟਸ ਦੀ ਕਿਸ ਤਰ੍ਹਾਂ ਦੀ ਹੋਵੇਗੀ ਪਰਫੋਰਮੈਂਸ, ਇਹਦਾ ਲੇਖਾ ਜੋਖਾ ਕਰਨ ਵਾਸਤੇ ਸਾਡੇ ਜੱਜਿਸ ਸਾਡੇ ਨਾਲ ਨੇ। ਸਾਡੇ ਪਹਿਲੇ ਜੱਜ ਕੁਲਜੀਤ ਜੀ, ਸੁਰ ਸਰਤਾਜ ਸੀਜ਼ਨ 2 ਦੇ ਦੂਸਰੇ ਜੱਜ ਗੁਰਦੀਪ ਸਿੰਘ ਜੀ, ਸੁਰ ਸਰਤਾਜ ਸੀਜ਼ਨ 2 ਦੇ ਤੀਸਰੇ ਜੱਜ ਪ੍ਰੋਫੈਸਰ ਡਾਕਟਰ ਮਮਤਾ ਜੋਸ਼ੀ ਜੀ, ਅਤੇ ਜ਼ੋਰਦਾਰ ਤਾਲੀਆਂ ਸਾਡੇ ਮਿਊਜ਼ਿਕ ਪੈਨਲ ਦੇ ਲਈ। ਅਤੇ ਸੁਰ ਸਰਤਾਜ ਸੀਜ਼ਨ 2 ਦੇ ਦੂਸਰੇ ਰਾਊਂਡ ਦਾ ਪਹਿਲਾ ਐਪੀਸੋਡ ਔਰ ਪਹਿਲਾ ਪਾਰਟੀਸਪੈਂਟ ਜਲੰਧਰ ਤੋਂ ਹਰਦੀਪ ਕੁਮਾਰ। ਬੇਜਾ ਬੇਦਰਦਾ ਇਸ ਦਿਲ ਵਿੱਚੋਂ, ਤੇਰੀ ਹਰ ਇੱਕ ਯਾਦ ਭੁਲਾ ਦੇਣੀ ਮੈਂ ਆਪਣੇ ਸਭ ਅਰਮਾਨਾਂ ਨੂੰ, ਅੱਜ ਆਪ ਹੀ ਹੱਥ ਟੁਕੜੇ ਟੁਕੜੇ ਕਰ ਦੇਣੇ ਮੈਂ, ਫੂਕ ਦੇਣਾ ਤਸਵੀਰਾਂ ਨੂੰ। ਹੱਥ ਟੁਕੜੇ ਟੁਕੜੇ ਕਰ ਦੇਣੇ ਮੈਂ, ਸਾੜ ਦੇਣਾ ਤਸਵੀਰਾਂ ਨੂੰ। ਜਦ ਤੂੰ ਹੀ ਨਹੀਂ ਤਾਂ ਕੀ ਕਰਨੇ, ਅੱਛਾ ਹੋਇਆ। ਹਰਦੀਪ ਨੇ ਬਹੁਤ ਅੱਛਾ ਗਾਇਆ, ਖੂਬਸੂਰਤ ਗੀਤ ਗਾਇਆ, ਇਹਦੀ ਚੋਣ ਬਹੁਤ ਅੱਛੀ ਸੀ। ਬਟ ਬੇਟਾ, ਤੁਸੀਂ ਜਿਸ ਤਰ੍ਹਾਂ ਐਡਲੀ ਪਾਰਟ ਜਿਹੜਾ ਬੋਲਿਆ ਉਹਦੇ ਵਿੱਚ ਥੋੜ੍ਹੇ ਐਂਡ ਪਾਰਟ ਤੁਹਾਡਾ ਵੀਕ ਗਿਆ ਔਰ ਲਾਈਨਾਂ ਦੇ ਬਾਕੀ ਵੀ ਜਿਹੜੇ ਕੁਛ ਹਿੱਸੇ ਸੀ ਉਹ ਵੀਕ ਗਏ ਨੇ, ਅਦਰਵਾਈਜ਼ ਅੱਛਾ ਲੱਗਾ। ਮਿਹਨਤ ਹੋਰ ਕਰਨੀ ਹੈ। ਥੈਂਕ ਯੂ। ਜਲੰਧਰ ਦੇ ਹਰਦੀਪ ਕੁਮਾਰ ਤੋਂ ਬਾਅਦ ਗੁਰੂ ਕੀ ਨਗਰੀ ਤੋਂ ਆਏ ਹੋਏ ਸਾਡੇ ਅਗਲੇ ਪਾਰਟਿਸਪੈਂਟ ਲਖਬੀਰ ਸਿੰਘ ਅੰਮ੍ਰਿਤਸਰ ਤੋਂ। ਸਾਰੇ ਜਗ ਤੋਂ ਨਮਾਜ਼ ਨਾਲੇ ਰੀਤ ਵੱਖਰੀ ਓਏ, ਸਾਰੇ ਜਗ ਤੋਂ ਨਮਾਜ਼ ਨਾਲੇ ਰੀਤ ਵੱਖਰੀ। ਇਹਨਾਂ ਆਸ਼ਿਕਾਂ ਦੀ ਹੁੰਦੀ, ਸੱਚੇ ਆਸ਼ਿਕਾਂ ਦੀ ਹੁੰਦੀ, ਸੱਚੇ ਆਸ਼ਿਕਾਂ ਦੀ ਹੁੰਦੀ ਇਹ ਮਸੀਤ ਵੱਖਰੀ ਓਏ।
ਮੱਥਾ ਯਾਰ ਦੇ ਦੀਵਾਰੇ ਉੱਤੇ ਟੇਕ ਲੈਂਦੇ ਨੇ ਉਹ ਮੱਥਾ ਯਾਰ ਦੇ ਜਾਨਣ ਮੁੱਲਾ ਤੇ ਕਾਜੀ ਉਹ ਜਿੰਦਵਾਰੀਏ ਇਸ਼ਕ ਦੀ ਬਾਜੀ ਸੋਹਣਾ ਸੂਲੀ ਹੰਡਾਉਣਾ ਯਾਰ ਦਾ ਜਿਹਦਾ ਯਾਰ ਰਾਜੀ ਉਹਦਾ ਰੱਬ ਰਾਜੀ ਜਿਹਦਾ ਯਾਰ ਰਾਜੀ ਉਹਦਾ ਰੱਬ ਰਾਜੀ ਹੱਕ ਦਮਾ ਦਮ ਅਲੀ ਮੌਲਾ ਅਲੀ ਮੌਲਾ ਹੱਕ ਦਮਾ ਦਮ ਅਲੀ ਅਲੀ ਹੱਕ ਦਮਾ ਦਮ ਅਲੀ ਮੌਲਾ ਅਲੀ ਮੌਲਾ ਹੱਕ ਦਮਾ ਦਮ ਯਾਰ ਨੱਚ ਕੇ ਮਨਾਉਣ ਦੀ ਵੀ ਰੀਤ ਵੱਖਰੀ ਹੈ ਸਾਰੇ ਜਗ ਤੋਂ ਨਵਾਜ ਨਾਲ ਰੀਤ ਵੱਖਰੀ ਸਾਰੇ ਜਗ ਤੋਂ ਨਵਾਜ ਨਾਲ ਰੀਤ ਲਖਵੀਰ ਤੇਰਾ ਗਾਣਾ ਠੀਕ ਲੱਗਾ ਵਿੱਚ ਕਿਤੇ ਕਿਤੇ ਥੋੜ੍ਹਾ ਸੁਰ ਘੱਟ ਰਿਹਾ ਸੀਗਾ ਓਵਰਆਲ ਠੀਕ ਸੀ ਅੱਛਾ ਸੀ ਬਾਕੀ ਰਿਜ਼ਲਟ ਆਏ ਤਾਂ ਪਤਾ ਲੱਗੇਗਾ ਠੀਕ ਹੈ ਬਹੁਤ ਅੱਛਾ ਮਿਹਨਤ ਕਰੋ ਥੈਂਕ ਯੂ ਸਰ ਕੌਣ ਸੁਰ ਸਿਰ ਤਾਜ ਹੈ ਲਖਵੀਰ ਸਿੰਘ ਤੋਂ ਬਾਅਦ ਗੁਰੂ ਕੀ ਨਗਰੀ ਤੋਂ ਯੋਗੀ ਜਸਪ੍ਰੀਤ ਕੌਰ ਜੁੱਤੀ ਕਸੂਰੀ ਪੈਰੀ ਨਾ ਪੂਰੀ ਜੁੱਤੀ ਕਸੂਰੀ ਪੈਰੀ ਨਾ ਪੂਰੀ ਹਾਏ ਰਭਾਵੇ ਸਾਨੂੰ ਤੁਰ ਨਾ ਪਿਆ ਹਾਏ ਰਭਾਵੇ ਸਾਨੂੰ ਤੁਰ ਨਾ ਪਿਆ ਜਿੰਨਾ ਰਹਾਂ ਤੀ ਮੈਂ ਸਾਰ ਨਾ ਜਾਣਾ ਜਿੰਨਾ ਰਹਾਂ ਤੀ ਮੈਂ ਸਾਰ ਨਾ ਜਾਣਾ ਉਹਨੇ ਜਸਪ੍ਰੀਤ ਜੀ ਹਾਂਜੀ ਨਮਸਕਾਰ ਸਤਿ ਸ਼੍ਰੀ ਅਕਾਲ ਹਾਂਜੀ ਤੁਹਾਨੂੰ ਕਿੱਦਾਂ ਦੀ ਲੱਗੀ ਪਰਫੋਰਮੈਂਸ ਆਪਣੀ ਲੱਗੀ ਮੈਨੂੰ ਵੀ ਠੀਕ ਲੱਗੀ ਹੋਰ ਹੋਰ ਇੰਪਰੂਵ ਕਰੋ ਠੀਕ ਹੈ ਜੀ ਹੋਰ ਮਿਹਨਤ ਕਰੋ ਹੋਰ ਰਿਆਜ਼ ਦੀਆਂ ਕੁਛ ਕੁਛ ਕਮੀਆਂ ਸੀਗੀਆਂ ਸੁਰ ਦੀਆਂ ਪਰ ਆਪਾਂ ਰਿਜ਼ਲਟ ਦੇਖਦੇ ਹਾਂ ਹੁਣੇ ਠੀਕ ਹੈ ਤੁਸੀਂ ਆਪਣੀ ਸੀਟ ਲਓ ਥੈਂਕ ਯੂ ਥੈਂਕ ਯੂ ਮਾਝੇ ਤੋਂ ਬਾਅਦ ਨੂੰ ਲੈ ਚੱਲਦੇ ਹਾਂ ਦੁਆਬੇ ਦੇ ਵੱਲ ਔਰ ਸ਼ਹਿਰ ਹੋਵੇਗਾ ਗੁਰਾਇਆ ਔਰ ਗੁਰਾਏ ਦੇ ਪਾਰਟਿਸਪੈਂਟ ਨੇ ਨਰਿੰਦਰ ਕੁਮਾਰ ਤੇ ਸੁਣਦੇ ਹਾਂ ਉਹ ਕੀ ਸੁਣਾਉਣਗੇ ਤੁਹਾਨੂੰ ਅੱਜ ਸੋਣੀਏ ਜੇ ਤੇਰੇ ਨਾਲ ਦਗਾ ਮੈਂ ਕਮਾਵਾਂ ਤੇ ਅੱਲਾ ਜੀ ਸੋ ਮੈਂ ਮਰ ਜਾਵਾਂ ਓ
ਰੱਬ ਦੀ ਸੋਨੇ ਰੱਬ ਦੀ ਸੋ ਮੈਂ ਮਰ ਜਾਵਾਂ ਹੋ ਅੱਲਾ ਦੀ ਸੋ ਮੈਂ ਮਰ ਜਾਵਾਂ ਜੇ ਤੇਰੇ ਨਾਲ ਲਗਾ ਮੈਂ ਕਮਾਵਾਂ ਤੇ ਰੱਬ ਦੀ ਸੋ ਮੈਂ ਮਰ ਜਾਵਾਂ ਹੋ ਨਰਿੰਦਰ ਜੀ ਸਰ ਕੀ ਗੱਲ ਅੰਦਰ ਥੋੜ੍ਹਾ ਜਿਹਾ ਘਬਰਾਹਟ ਲੱਗਦੀ ਮੈਨੂੰ ਸਰ ਹੈਗੀ ਆ ਸਰ ਕੁਛ ਤਿੰਨ ਚੀਜ਼ਾਂ ਦੀ ਘਾਟ ਰਹੀ ਇੱਕ ਤਾਂ ਗੀਤ ਜਿਹੜਾ ਤੁਹਾਡਾ ਜਿਹੜਾ ਤੁਸੀਂ ਪਰਫੋਰਮ ਕੀਤਾ ਉਹ 'ਚ ਫੀਲਿੰਗਲੈਸ ਮਤਲਬ ਸੌਂਗ ਤੁਸੀਂ ਗਾਇਆ ਫੀਲਿੰਗ ਦੀ ਘਾਟ ਰਹੀ ਹੈ ਦੂਸਰਾ ਸ਼ਬਦਾਵਲੀ ਵੀ ਤੁਹਾਡੀ ਕਿਤੇ ਕਿਤੇ ਉਹਦੇ ਵਿੱਚ ਕਾਫੀ ਗਲਤੀਆਂ ਸਨ ਅਤੇ ਸਵਰ ਕਾਫੀ ਜਗ੍ਹਾ ਵੀਕ ਹੋਇਆ ਮਿਹਨਤ ਦੀ ਬੇਟਾ ਹਾਲੇ ਬਹੁਤ ਤੁਹਾਨੂੰ ਜ਼ਰੂਰਤ ਹੈ ਜੀ ਸਰ ਬੈਠੋ ਥੈਂਕ ਯੂ ਇੰਤਜ਼ਾਰ ਕਰੋ ਰਿਜ਼ਲਟ ਦਾ ਦੁਆਬੇ ਦਾ ਹੀ ਸਾਡਾ ਅਗਲਾ ਪ੍ਰਤੀਯੋਗੀ ਜਿਹੜਾ ਕਿ ਬਹੁਤ ਹੀ ਖੂਬਸੂਰਤ ਆਵਾਜ਼ ਔਰ ਗੀਤ ਲੈ ਕੇ ਤੁਹਾਡੇ ਨਾਲ ਰੂਬਰੂ ਹੋਣ ਜਾ ਰਿਹਾ ਹੈ ਮੇਰੀ ਮੁਰਾਦ ਹੈ ਵਿੱਕੀ ਤੋਂ ਜਿਹੜੇ ਕਿ ਜੰਡੂ ਸਿੰਘਾਂ ਤੋਂ ਨੇ ਉਮੀਦ ਹੈ ਜਾਂ ਤਾਂ ਰਿਆਜ਼ ਘੱਟ ਕੀਤਾ ਜਾਂ ਫਿਰ ਸਕੇਲ ਨੀਚੇ ਰੱਖਿਆ ਤੇਰੇ ਲੋ ਨੋਟ ਬਿਲਕੁਲ ਨਹੀਂ ਲੱਗ ਰਹੇ ਸੀ ਸਰ ਸਕੇਲ ਗਲਾ ਸੁੱਕਿਆ ਪਿਆ ਸਰ ਹਾਂਜੀ ਸਕੇਲ ਦਾ ਚੱਕਰ ਪਿਆ ਗਲਾ ਸੁੱਕਿਆ ਪਿਆ ਰਾਜੇ ਗਲਾ ਸੁੱਕਣ ਦਾ ਮਤਲਬ ਇਹ ਨਹੀਂ ਗਾ ਅਗਰ ਤੁਹਾਨੂੰ ਪਤਾ ਵੀ ਕੰਪੀਟੀਸ਼ਨ 'ਤੇ ਜਾ ਰਹੇ ਹਾਂ ਜਾਂ ਸ਼ੋਅ 'ਤੇ ਜਾ ਰਹੇ ਹਾਂ ਤਾਂ ਥੋੜ੍ਹਾ ਰਿਆਜ਼ ਵੀ ਕਰੋ ਔਰ ਥੋੜ੍ਹਾ ਪਰਹੇਜ਼ ਵੀ ਕਰੋ ਨਾ ਜੀ ਚਲੋ ਫਿਲਹਾਲ ਠੀਕ ਸੀ ਤੇਰਾ ਗਾਣਾ ਅੱਛਾ ਸੀਗਾ
ਬਾਕੀ ਰਿਜ਼ਲਟ ਵਿੱਚ ਪਤਾ ਲੱਗੇ ਠੀਕ ਹੈ ਥੈਂਕ ਯੂ ਸਰ ਓਕੇ ਕੌਣ ਸੁਰ ਸਿਰ ਤਾਜ ਹੈ ਦੋ ਆਬਾਂ ਦੀ ਧਰਤੀ ਤੋਂ ਬਾਅਦ ਤੁਹਾਨੂੰ ਲੈ ਚੱਲਦੇ ਹਾਂ ਪੰਜਾਬ ਦੇ ਇੱਕ ਛੋਟੇ ਜਿਹੇ ਪਹਾੜੀ ਇਲਾਕੇ ਵੱਲ ਜਿੱਥੋਂ ਦੀ ਬਹੁਤ ਹੀ ਖੂਬਸੂਰਤ ਕਲਾਕਾਰ ਇਸ ਮੰਚ ਤੋਂ ਆਪਣਾ ਗੀਤ ਤੁਹਾਨੂੰ ਸੁਣਾਏਗੀ ਮੇਰੀ ਮੁਰਾਦ ਹੈ ਪਠਾਨਕੋਟ ਤੋਂ ਵੰਦਨਾ ਦੇ ਲਈ ਮਾਹੀ ਟਿੱਕਾ ਕੜਾ ਕੇ ਦੇ ਗਿਆ ਵਿੱਚ ਕੁੰਜੀਆਂ ਉਹ ਮਾਹੀ ਟਿੱਕਾ ਕੜਾ ਕੇ ਦੇ ਗਿਆ ਵਿੱਚ ਕੁੰਜੀਆਂ ਵਿੱਚ ਜੰਦਰੇ ਉਹ ਸਾਨੂੰ ਐਸਾ ਜਿਗਰ ਦੁੱਖ ਹਾਏ ਵਸੱਚੀ ਐਸਾ ਜਿਗਰ ਦੁੱਖ ਲਾ ਗਿਆ ਪਾਪੋ ਭੈਣੇ ਲਾਚੋ ਤਰਸੇ ਦੱਸ ਕੀ ਕਰਾਂ ਮਾਏ ਮੇਰੀਏ ਜੀ ਵੰਦਨਾ ਜੀ ਤੁਸੀਂ ਮਿਊਜ਼ਿਕ ਸਿੱਖਦੇ ਹੋ ਅੱਛਾ ਮਿਊਜ਼ਿਕ ਸਿੱਖਦੇ ਹੋ ਤੁਸੀਂ ਸੁਰ ਸਰਤਾਜ ਜਿਹੜਾ ਸੀਜ਼ਨ 1 ਸੀਗਾ ਪਹਿਲਾਂ ਸੀ ਉਹ ਦੇਖਿਆ ਸੀ ਹਾਂਜੀ ਤੁਸੀਂ ਫਿਰ ਉਹਦੇ ਸਿੰਗਰਸ ਵੀ ਸੁਣੇ ਹੋਣੇ ਆ ਮਤਲਬ ਗਾਇਕੀ ਅੰਗ ਜਿਹੜਾ ਸੀਗਾ ਉਹ ਤੁਹਾਡੇ 'ਚ ਬਹੁਤ ਘੱਟ ਸੀ ਇੱਦਾਂ ਲੱਗ ਰਿਹਾ ਸੀ ਕੋਈ ਸਿੰਪਲ ਗਾਣਾ ਕੋਈ ਗੁਣਗੁਣਾ ਰਿਹਾ ਐਫਰਟਸ ਨਹੀਂ ਸੀ ਹਰਕਤ ਲੈਵਲ ਔਰ ਸਾਰਾ ਮਤਲਬ ਮੈਨੂੰ ਥੋੜ੍ਹੀ ਐਵਰੇਜ ਪਰਫੋਰਮੈਂਸ ਲੱਗੀ ਮਿਹਨਤ ਕਰੋ ਰਿਆਜ਼ ਕਰੋ ਔਰ ਅੱਛਾ ਸਿੱਖੋ ਠੀਕ ਹੈ ਤਾਲੀਮ ਅੱਛੀ ਲਓ ਥੈਂਕ ਯੂ ਸੰਗੀਤ ਦੀਆਂ ਰਾਹਾਂ ਦੇ ਵਿੱਚ ਮਿਲੀ ਤੈਨੂੰ ਵੱਖ ਵੱਖ ਤਰ੍ਹਾਂ ਦੀਆਂ ਵੰਨਗੀਆਂ ਮਿਲਣਗੀਆਂ ਕੁਝ ਮੁਹੱਬਤ ਦੀਆਂ ਅਤੇ ਕੁਛ ਮੇਰੇ ਅਹਿਸਾਸ ਦੀਆਂ ਔਰ ਇਸ ਸੈਕਿੰਡ ਰਾਊਂਡ ਦੇ ਵਿੱਚ ਜਿਹੜਾ ਸਾਡਾ ਅਗਲਾ ਪ੍ਰਤੀਯੋਗੀ ਹੈ ਉਹ ਹੈ ਫਗਵਾੜਾ ਤੋਂ ਲਵਪ੍ਰੀਤ ਦੇਖਦੇ ਹਾਂ ਉਹ ਕੀ ਸੁਣਾਉਂਦਾ ਤੁਹਾਨੂੰ ਆਵੋਨੀ ਸਯੋ ਰਲ ਦੇਵੋਨੀ ਵਧਾਈ ਆਵੋਨੀ ਸਯੋ ਰਲ ਦੇਵੋਨੀ ਵਧਾਈ ਨੀ ਮੈਂ ਵਰ ਪਾਇਆ ਮੁਬਾਰਕ ਚੜੇ ਰਾਂਝਣ ਸਾਡੇ ਵੇੜੇ ਵੜਿਆ ਅੱਜ ਦਾ ਰੋਜ਼ ਮੁਬਾਰਕ ਚੜੇ ਰਾਂਝਣ ਸਾਡੇ ਵੇੜੇ ਵੜਿਆ ਹੱਥ ਖੂੰਡੀ
मोटे कंबल तरे चकावाली शक्ल बनाई नी नैवर पाया राजा माही नी मैवर पाया राजा माही आवो नी सैयो रल देवो नी बधाई आवो नी सैयो रल देवोनी बधाई नी मैं वर पाया राजा माही नी मैं वर पाया राजा माही नी मैं वर पाया राजा माही। लवप्रीत बेटे की कम कर दे तुसी? जी मैं स्टूडेंट आ पढ़दा जी म्यूजिक दा। जी हाँ जी एमए म्यूजिक कर रहे ने म्यूजिक रखे जी हाँ जी। बेटे देखो एडली पार्ट जेड़े आ तुसी वीक गाए ने ठीक है जी। वो तो बाद जेड़ा साइंस ही मतलब जानी जिन्हों कहिंदे ने आपां स्थाई बोल रहे हैं उहदे विच भी जेड़ा तुहाडा कुछ वीक पार्ट आए ने अंतरे दी स्टार्टिंग जिहड़ी है उहदे विच भी गड़बड़ हो जी कुछ शब्द भी तुहाडे शब्दावली जिहड़ी है उत्ते कई वारी बंदा बोलदा कुछ है कुछ होर निकलदा इस तरह मैं लगता कि लैक ऑफ प्रैक्टिस है तुहाडी प्रैक्टिस उन्नी नहीं कर सके ठीक है बेटा प्रैक्टिस करनी चाहिए तुहानू पता भी कहो किन्ना किन्ना वड्डा यह मंच है जी। थैंक यू वेरी मच बैठो। दिला बड़ा तू चंगा है फिर की है लोग इत्थे अजमा के देखते ने सुर सरताज सीजन टू का यह मंच और अजमा रहे ने अपने अपने मुकद्दर नू सारे पार्टीसपेंट्स जिन्होंने सैकेंड राउंड दे विच अपनी जगह बनाई है हज़ारां दे विचों छियानवियां दे विच आउणा इह बहुत वड्डी गल है और इस छियानवियां दे विचों एपीसोड जिहड़ा चल रहा है वह है उन्हां नौ पार्टीसपेंट्स दा जिन्हां नू जगह मिली है अज दे इस एपीसोड दे विच और इस कड़ी नू अगे तोरदे होए मैं एक बार फिर तो माझे दी जमीन दे उस अदाकार उस कलाकार नू मंच ते बुलाउणा जिस दी आवाज़ तुहानू किस तरह की लगी किस तरह की चंगी माड़ी इसका लेखा जोखा साडे जजिस करनगे बहरहाल जंडियाले दे मनी नू मैं इस मंच ते सद्दा दिंदा। यादां तेरियां आईयां अखियां ने झड़ियां लाईयां अज यादां तेरियां आईयां ने वतना नू आजा ਡੋਲਣਾ ਵਤਨਾ ਨੂੰ ਆ ਜਾ ਡੋਲਣਾ ਉਹ ਬੋਲ ਪਿਆਰ ਵਾਲੇ ਤੇਰੇ ਨਾਲ ਬੋਲ ਕੇ ਬੈਠੀ ਆਉਂਦਾਸ ਸਾਰੀ ਬੋਲ ਪਿਆਰ ਵਾਲੇ ਤੇਰੇ ਨਾਲ ਬੋਲ ਕੇ ਬੈਠੀ ਆਉਂਦਾਸ ਸਾਰੀ ਜ਼ਿੰਦਗੀ ਨੂੰ ਰੋਲ ਕੇ ਤੂੰ ਜਦੋਂ ਯਾਦੀਆਂ ਮੈਂ ਰੋਮਾ ਕੁਝ ਨਾਮਾਂ ਮੈਂ ਤੂੰ ਕਿਤੇ ਵਸਣਾ ਏ ਕਿਵੇਂ ਕੋਲ ਆਵਾਂ ਮੈਂ ਦੁੱਖ ਦਰਦਾਂ ਪੀਂਘਾਂ ਪਾਈਆਂ ਦੁੱਖ ਦਰਦਾਂ ਪੀਂਘਾਂ ਪਾਈਆਂ ਅੱਜ ਯਾਦਾਂ ਤੇਰੀਆਂ ਆਈਆਂ ਨੇ ਵਤਨਾ ਨੂੰ ਆ ਜਾ ਡੋਲਣਾ ਡੋਲਣਾ ਵਤਨਾ ਨੂੰ ਆ ਜਾ ਡੋਲਣਾ ਅੱਖੀਆਂ ਨੇ ਝੜੀਆਂ ਲਾਈਆਂ ਅੱਖੀਆਂ
ਤੇਰੀਆਂ ਨੇ ਛੜੀਆਂ ਲਾਈਆਂ ਅੱਜ ਯਾਦਾਂ ਤੇਰੀਆਂ ਆਈਆਂ ਨੇ ਵਤਨਾ ਨੂੰ ਆ ਜਾ ਡੋਲਣਾ ਮਨੀ ਇਸ ਐਪੀਸੋਡ ਦੇ ਅੰਤ ਵਿੱਚ ਤੂੰ ਥੋੜ੍ਹਾ ਜਿਹਾ ਰੰਗ ਬੰਨਣ ਦੀ ਕੋਸ਼ਿਸ਼ ਕੀਤੀ ਆ ਪਰ ਮੈਨੂੰ ਲੱਗਦਾ ਕਿ ਸ਼ਾਇਦ ਅੱਜ ਪਹਿਲਾ ਦਿਨ ਹੈ ਤੁਹਾਡਾ ਜਾਂ ਕੁਛ ਘਬਰਾਹਟ ਹੋਏਗੀ ਹਲਕੇ ਹਲਕੇ ਬਹੁਤ ਜਗ੍ਹਾ ਤੋਂ ਸੁਰ ਜਾ ਰਹੇ ਹੈ ਵੈਸੇ ਇਸਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਅਸੀਂ ਤਾਂ ਸੁਰ ਦੇਖਣਾ ਔਰ ਬਾਕੀ ਰਿਜ਼ਲਟ ਕੀ ਕਹਿੰਦਾ ਉਹ ਬਾਅਦ ਵਿੱਚ ਦੇਖਦੇ ਹਾਂ ਠੀਕ ਗਾਇਆ ਵੈਸੇ ਤੂੰ ਓਕੇ ਥੈਂਕ ਯੂ ਕੌਣ ਸੁਰ ਸਿਰ ਤਾਜ ਹੈ 8 ਪਾਰਟੀਸਪੈਂਟਸ ਪਾਰਟੀਸਪੇਟ ਕਰ ਚੁੱਕੇ ਨੇ ਇਸ ਕੰਪੀਟੀਸ਼ਨ ਯਾਨੀ ਕਿ ਸੁਰ ਸਰਤਾਜ ਸੀਜ਼ਨ 2 ਦੇ ਮੰਚ ਦੇ ਉੱਤੇ ਔਰ ਉਹਨਾਂ ਨੇ ਜੋ ਜੋ ਗਾਇਆ ਉਸਦਾ ਲੇਖਾ ਜੋਖਾ ਤਾਂ ਸਾਡੇ ਜੱਜਿਸ ਨੇ ਕਰ ਹੀ ਦਿੱਤਾ ਇੱਕ ਪਾਰਟੀਸਪੈਂਟ ਰਹਿ ਗਿਆ ਹੈ ਜਿਸ ਤੋਂ ਬਾਅਦ ਰਿਜ਼ਲਟ ਅਨਾਊਂਸ ਕੀਤਾ ਜਾਏਗਾ ਕਿ ਕਿਹੜਾ ਕਿਹੜਾ ਪ੍ਰਤੀਯੋਗੀ ਅਗਲੇ ਰਾਊਂਡ ਦੇ ਵਿੱਚ ਜਗ੍ਹਾ ਬਣਾਉਣ 'ਚ ਕਾਮਯਾਬ ਹੋਇਆ ਇਸ ਮੰਚ ਦੇ ਉੱਤੇ ਅਸੀਂ ਇੱਕ ਵਾਰੀ ਫਿਰ ਤੋਂ ਉਸ ਇਲਾਕੇ ਦੇ ਉਸ ਪ੍ਰਤੀਯੋਗੀ ਨੂੰ ਸੱਦਾ ਦੇਵਾਂਗੇ ਜਿਹੜਾ ਕਿ ਦੀਨਾ ਨਗਰ ਨੂੰ ਸੰਬੰਧ ਰੱਖਦਾ ਹੈ ਦੇਖਦੇ ਹਾਂ ਦੀਨਾ ਨਗਰ ਦੀ ਆਬੋ ਹਵਾ ਜਲੰਧਰ ਦੂਰਦਰਸ਼ਨ ਦੇ ਇਸ ਮੰਚ ਤੋਂ ਕੀ ਖੁਸ਼ਬੂ ਲੈ ਕੇ ਆਉਂਦੀ ਹੈ ਤੁਹਾਡੇ ਸਾਰਿਆਂ ਦੇ ਲਈ ਮੇਰੀ ਮੁਰਾਦ ਹੈ ਸੁਸ਼ੀਲ ਕੁਮਾਰ ਮਸਤ ਫਕੀਰਾਂ ਨੂੰ ਕਰ ਸਜਦਾ ਮਸਤ ਫਕੀਰਾਂ ਨੂੰ ਦਰ ਦਰ ਭਟਕਣ ਦੀ ਲੋੜ ਨਹੀਂ ਕਰ ਸਜਦਾ ਮਸਤ ਫਕੀਰਾਂ ਨੂੰ ਕਰ ਸਜਦਾ ਮਸਤ ਫਕੀਰਾਂ ਨੂੰ ਦਰ ਦਰ ਭਟਕਣ ਦੀ ਲੋੜ ਨਹੀਂ ਇੱਥੋਂ ਜੋ ਮੰਗਣਾ ਸੋ ਮਿਲ ਜਾਣਾ ਇੱਥੋਂ ਜੋ ਮੰਗਣਾ ਸੋ ਮਿਲ ਜਾਣਾ ਸਦੀ ਰਹਿਣੀ ਦੌੜ ਨਹੀਂ ਕਰ ਸਜਦਾ ਮਸਤ ਫਕੀਰਾਂ ਨੂੰ ਦਰ ਦਰ ਭਟਕਣ ਦੀ ਲੋੜ ਨਹੀਂ ਬਲੀਆਂ ਮਸਤ ਫਕੀਰਾਂ ਦੀ ਸੱਚਾ ਰੱਬ ਵੀ ਸਕਦਾ ਮੋੜ ਨਹੀਂ ਕਰ ਸਜਦਾ ਮਸਤ ਫਕੀਰਾਂ ਨੂੰ ਦਰ ਦਰ ਭਟਕਣ ਦੀ ਲੋੜ ਨਹੀਂ ਕਰ ਸਜਦਾ ਮਸਤ ਫਕੀਰਾਂ ਨੂੰ ਦਰ ਦਰ ਭਟਕਣ ਦੀ ਲੋੜ ਸੁਸ਼ੀਲ ਜੀ ਬਹੁਤ ਜਗ੍ਹਾ 'ਤੇ ਗਲਤੀਆਂ ਸੀਗੀਆਂ ਤੁਸੀਂ ਜਦੋਂ ਲੋੜ ਨਹੀਂ ਜਦੋਂ ਵੀ ਬੋਲਦੇ ਸੀ ਇੰਨਾ ਥਰੋ ਗਲੇ ਦਾ ਫੋਰਸ ਨਾਲ ਗਾਉਂਦੇ ਸੀ ਸੁਰ ਕਿਤੇ ਚੜ ਰਿਹਾ ਕਿਤੇ ਘੱਟ ਰਿਹਾ ਸੁਰ ਦੀਆਂ ਬਹੁਤ ਬਹੁਤ ਗਲਤੀਆਂ ਰਹੀਆਂ ਔਰ ਸਭ ਤੋਂ ਵੱਡੀ ਗੱਲ ਮੈਨੂੰ ਲੱਗਦਾ ਕਿ ਜਿੰਨੇ ਵੀ ਇੱਥੇ ਪ੍ਰਤੀਯੋਗੀ ਨੇ ਜਿਨ੍ਹਾਂ ਨੇ ਗਾਇਆ ਤੁਹਾਨੂੰ ਖੁਦ ਨੂੰ ਫੀਲ ਹੋਣਾ ਚਾਹੀਦਾ ਕਿ ਸੁਰ ਕਿੱਥੇ ਗਿਆ ਸੀ ਕਿੱਥੇ ਬੇਸੁਰਾ ਹੋਇਆ ਸੀ ਹੈ ਨਾ ਜੇ ਉਹ ਨਹੀਂ ਪਤਾ ਚੱਲੇਗਾ ਫਿਰ ਤਦ ਤੱਕ ਤੁਸੀਂ ਆਪਣੇ ਆਪ ਨੂੰ ਐਕੂਰੇਟ ਨਹੀਂ ਕਰ ਸਕਦੇ ਆਪਣੇ ਆਪ ਨੂੰ ਠੀਕ ਕਰਨ ਲਈ ਖੁਦ ਫੀਲ ਕਰੋ ਮੇਰਾ ਸੁਰ ਕਿੱਥੇ ਬੇਸੁਰਾ ਹੋਇਆ ਸੀ ਮਾਈਕ ਬੰਦ ਹੋ ਗਿਆ ਸੀ ਵਿੱਚ ਮਾਈਕ ਹਾਂਜੀ ਨਹੀਂ ਮਾਈਕ ਠੀਕ ਸੀਗਾ ਤੁਸੀਂ ਕਰ ਰਹੇ ਸੀ ਦੌੜ ਨਹੀਂ ਆਹ ਕਰ ਰਹੇ ਸੀ ਹਾਂ ਉਹਨੂੰ ਐਵਰੇਜ ਗਾਓ ਜਿਹੜੀ ਨੋਰਮਲ ਤੁਹਾਡੇ ਥਰੋ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਕਿੱਥੇ ਕੰਟਰੋਲ ਕਰਕੇ ਕਿੱਦਾਂ ਗਾਣਾ ਮਾਈਕ ਬਿਲਕੁਲ ਠੀਕ ਸੀਗਾ
सुर जा रहा सी, सुर तो नहीं ना, चाहे माइक बंद हो सुर तो सुर ही रहना ना, तो सुर नू थोड़ा जहा होर फड़न की कोशिश करो, ठीक है? थैंक यू, रिजल्ट की वेट करो जी, शुक्रिया। सुर सरताज सीजन दो दे विच तुसी देखिया कि अज दूसरे राउंड का पहला एपीसोड, और इस एपीसोड दे विच 9 पार्टिसिपेंट्स ने पार्टिसिपेट किया, कित्थे कित्थे किहदा सुर विगड़िया ते कित्थे कित्थे ओह बेताला होया, ये साडे जजिज़ ने अपनी जजमेंट दे विच कुछ कुछ गल्लां दे राहीं दस्सिया। मैं अपने जजिज़ दे वल चलना है पता करन वास्ते कि आखिरकार जिहड़े 96 दे विचों ये 9 पार्टिसिपेंट पहले एपीसोड दे विच आए ने, इन्हां दे विचों तीसरे राउंड विच कौन कौन पहुंचिया, जजिस तो ही पता करते हैं। कौन सुर सिरताज है? मैं समझदा, मैं इस तरह महसूस किया सी कुलजीत जी ने, मैडम ममता जी ने, कि बच्चों ने रियाज बहुत घट किया, अपने गुरु जी के कोल बैठ के वह चीज़ा नहीं सीखने की कोशिश की जिड़िया उन्होंने इस मंच वास्ते सीखनिया चाहिए। मुकाबला तो इसलिए करवाया जाता कि बहुत अच्छे सानू आर्टिस्ट मिल, अच्छे सुरीले गुबैये मिल। जितों तक देखिया कि पहला ही एपीसोड है, और मेरे ख्याल जे बहुत ही वधिया तरीके जजमेंट की जाए तो मैं नहीं लगता कोई अगे जाए। असी कुछ हद तक सोचा कि कुछ सिंगर्स थोड़े चो जे हो सकता अगे जाके होर बैटर कर सकन, असी उन्होंने कुछ न अगे लेके जा रहे। नैक्सट एपीसोड विच जानू जिन्हों भी असी लै रहे हैं नैक्सट एपीसोड लई, इको रिक्वेस्ट है कि थानू अगे बहुत मेहनत करनी पएगी, क्योंकि अगे होर भी बहुत चंगा चंगा गाने वाले प्रतियोगी आएंगे। तो मेरी गुजारिश है कि मैं हरदीप जी नू अगले एपीसोड लई सिलेक्ट किया, पर हरदीप जी तुसी ये नहीं सोच लेना कि मैं इन्हां चो बहुत बैटर सी मैं इसलिए जा रहा, सानू कितने एक पॉइंट थानू सानू इन्हां लोकां तो बाकियां तो बैटर लग्या, लेकिन अगे जाके तुसी प्लीज़ होर अपने आप पॉलिश करो, रियाज करो, कीप इट अप, थैंक यू। और तुहाडे सारयां दे विचों एक नाम होर है जिहड़ा कि वह मेहनत करे तो अगे जा सकता है, वह नाम है कुलजीत जी, तुसी दसोगे कि मैं दस दिया? मैं ही दस दिना, मनी बैठे अगे आ जाओ, प्रोमिस करना पएगा इस मंच से, माणयोग मंच है कि तुसी अगे बहुत मेहनत कर, अगे होर भी जिस तरह दसिया भी कॉम्पीटिशन अगे बड़ा सख्त है तो मेहनत करनी है बेटा। थैंक यू। कौन सुर सिरताज है?